ਮੇਰੇ ਮਾਰ ਮੇਰੇ ਦਰਦ ਬਹੁਤ ਹੁੰਦਾ ਸੀ, ਮੇਰੇ ਪਿੱਤੇ ਦੀ ਪੱਥਰੀ ਸੀ, ਤਾਂ ਮੈਂ ਮੈਡੀਸਨ ਬਹੁਤ ਖਾਧੀ, ਮੈਨੂੰ ਕੋਈ ਫਰਕ ਨਹੀਂ ਪਿਆ। ਫਿਰ ਮੈਂ ਇੱਥੇ ਹੋਸਪਿਟਲ ਆਈ, ਮੇਰੀ ਮਾਸੀ ਦਾ ਮੁੰਡਾ ਸੀਗਾ, ਉਹਨਾਂ ਦਾ ਆਪਰੇਸ਼ਨ ਹੋਇਆ ਸੀ ਇੱਥੋਂ, ਉਹਨਾਂ ਨੇ ਦੱਸਿਆ ਕਿ ਤੁਸੀਂ ਸਟਾਰ ਹੋਸਪਿਟਲ ਜਾਓ, ਬਹੁਤ ਵਧੀਆ। ਹਾਂਜੀ, ਆਪਰੇਸ਼ਨ ਵੀ ਮੇਰਾ ਦੂਰਬੀਨ ਨਾਲ ਹੋਇਆ, ਉਹਦੇ ਨਾਲ ਥੋੜ੍ਹੇ ਥੋੜ੍ਹੇ ਨਿੱਕੇ ਨਿੱਕੇ ਜਿੱਦਾਂ ਸਟਿਚ ਲਾਏ ਉਹਨਾਂ ਨੇ, ਉਹਦੇ ਨਾਲ ਕੋਈ ਤਕਲੀਫ ਨਹੀਂ ਮੈਨੂੰ ਹੋਈ। ਮੈਂ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਮਜੀਤ ਕੌਰ, ਮੈਂ ਪਡਾਲੇ ਤੋਂ, ਡਿਸਟ੍ਰਿਕਟ ਜਲੰਧਰ। ਤਾਂ ਮੇਰੇ ਦਰਦ ਬਹੁਤ ਹੁੰਦਾ ਸੀ, ਮੇਰੇ ਪਿੱਤੇ ਦੀ ਪੱਥਰੀ ਸੀ, ਤਾਂ ਮੈਂ ਮੈਡੀਸਨ ਬਹੁਤ ਖਾਧੀ, ਮੈਨੂੰ ਕੋਈ ਫਰਕ ਨਹੀਂ ਪਿਆ। ਫਿਰ ਮੈਂ ਇੱਥੇ ਹੋਸਪਿਟਲ ਆਈ, ਮੇਰੀ ਮਾਸੀ ਦਾ ਮੁੰਡਾ ਸੀਗਾ, ਉਹਨਾਂ ਦਾ ਆਪਰੇਸ਼ਨ ਹੋਇਆ ਸੀ ਇੱਥੋਂ, ਉਹਨਾਂ ਨੇ ਦੱਸਿਆ ਕਿ ਤੁਸੀਂ ਸਟਾਰ ਹੋਸਪਿਟਲ ਜਾਓ, ਬਹੁਤ ਵਧੀਆ। ਅਸੀਂ ਇੱਥੇ ਆਏ, ਇਹਨਾਂ ਨੇ ਸਾਡਾ ਆਪਰੇਸ਼ਨ ਕੀਤਾ ਅਤੇ ਸਾਨੂੰ ਕੋਈ ਦਿੱਕਤ ਨਹੀਂ, ਦੂਏ ਦਿਨ ਸਾਨੂੰ ਘਰ ਭੇਜ ਦਿੱਤਾ। 5 ਦਿਨੀ ਸਾਨੂੰ ਉਹਨਾਂ ਨੇ ਸੱਦਿਆ ਕਿ ਤੁਸੀਂ ਪੱਟੀਆਂ ਖਿਲਾ ਲਓ, ਕੋਈ ਟਾਂਕਾ ਨਹੀਂ ਖੋਲਿਆ, ਕੋਈ ਮੈਡੀਸਨ ਨਹੀਂ, ਕੋਈ ਪਰਹੇਜ ਨਹੀਂ। ਹਾਂਜੀ, ਆਪਰੇਸ਼ਨ ਵੀ ਮੇਰਾ ਦੂਰਬੀਨ ਨਾਲ ਹੋਇਆ, ਉਹਦੇ ਨਾਲ ਥੋੜ੍ਹੇ ਥੋੜ੍ਹੇ ਨਿੱਕੇ ਨਿੱਕੇ ਜਿੱਦਾਂ ਸਟਿਚ ਲਾਏ ਉਹਨਾਂ ਨੇ, ਉਹਦੇ ਨਾਲ ਕੋਈ ਤਕਲੀਫ ਨਹੀਂ ਮੈਨੂੰ ਹੋਈ। ਮੈਂ ਪੌੜੀਆਂ ਉਤਰ ਕੇ, ਦੂਏ ਦਿਨ ਮੈਨੂੰ ਛੁੱਟੀ ਮਿਲੀ ਆ, ਮੈਂ ਪੌੜੀਆਂ ਉਤਰ ਕੇ ਘਰ ਨੂੰ ਆਪਣੇ ਗਈ, ਬੜੀ ਸੋਹਣੀ। ਮੈਂ ਖਾਧਾ ਪੀਤਾ ਵੀ ਸਾਰੇ, ਕੋਈ ਮੇਰਾ ਪਰਹੇਜ ਨਹੀਂ ਸੀਗਾ, ਨਾ ਡਾਕਟਰ ਨੇ ਮੈਨੂੰ ਕੋਈ ਪਰਹੇਜ ਦਿੱਤਾ। ਮੈਂ ਬਹੁਤ ਵਧੀਆ ਹੈ ਇਸ ਟਾਈਮ, ਮੈਂ ਠੀਕ ਹਾਂ। ਹਾਂਜੀ, ਬਾਕੀ ਸਟਾਫ ਬਹੁਤ ਵਧੀਆ, ਸਰ ਬਹੁਤ ਵਧੀਆ, ਡਾਕਟਰ। ਜੇ ਕਿਸੇ ਨੂੰ ਵੀ ਜ਼ਰੂਰਤ ਪਵੇ ਤਾਂ ਸਟਾਰ ਹੋਸਪਿਟਲ ਤੁਸੀਂ ਇੱਕ ਵਾਰੀ ਜ਼ਰੂਰ ਜਾਓ, ਉੱਥੇ ਜਾ ਕੇ ਤੁਸੀਂ ਡਾਕਟਰ ਦੇ ਨਾਲ ਮਿਲੋ, ਉਹਨਾਂ ਨਾਲ ਗੱਲਬਾਤ ਕਰੋ। ਕੇਅਰ ਬਹੁਤ ਆ, ਸਟਾਫ ਬਹੁਤ ਵਧੀਆ, ਕੇਅਰ ਬਹੁਤ ਵਧੀਆ ਕਰਦੇ, ਸਾਰਾ ਕੁਛ ਠੀਕ ਆ। ਓਕੇ ਜੀ, ਥੈਂਕ ਯੂ।